ਹੇ ਫਰੈਂਡਸ ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਇਹ ਚੈਨਲ ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ ਮੈਂ ਤੇ ਇੱਥੇ ਮੈਂ ਤੁਹਾਨੂੰ ਡਿਫਰੈਂਟ ਅਜਿਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਂਟੀ ਐਗਜ਼ਾਮਸ ਵਾਸਤੇ ਜ਼ਰੂਰੀ ਹੈ ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾਮ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਨਾਲ ਨਾਲ ਤੁਸੀਂ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਇਹਨਾਂ ਅਕੈਡਮੀ ਲਰਨਿੰਗ ਪਲੇਟਫਾਰਮ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਉੱਥੇ ਕਾਫੀ ਜ਼ਿਆਦਾ ਕੋਰਸ ਚੱਲੇ ਪਏ ਨੇ ਉੱਥੇ ਜਾ ਕੇ ਤੁਸੀਂ ਮੇਰੇ ਕੋਰਸ ਦੇਖ ਸਕਦੇ ਹੋ ਟੌਪਿਕ ਸਾਡੇ ਸਾਇਤ ਵਾਲਾ ਚੱਲ ਸੋ ਮਾਰਕਸਵਾਦ ਜਿਹੜਾ ਜਨਮ ਹੈਗਾ ਸੀ ਮਨੁੱਖੀ ਚਿੰਤਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਇੱਕ ਬਹੁਤ ਹੀ ਇੱਕ ਵੱਡੀ ਘਟਨਾ ਕਹੀ ਜਾ ਸਕਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਰਕਸਵਾਦ ਕਿਉਂ ਆਇਆ ਸੀ ਜਦੋਂ ਇਹ ਦੇਖਿਆ ਗਿਆ ਕਿ ਉੱਚੇ ਨੀਵੇਂ ਦਾ ਜ਼ਿਆਦਾ ਭੇਦ ਹੋਣ ਲੱਗ ਪਿਆ ਹੈਗਾ ਵਾ ਕੀ ਜਿਹੜੇ ਨੀਵੇਂ ਲੋਕੀ ਹੈਗੇ ਸੀ ਉਹਨਾਂ ਨੂੰ ਹੋਰ ਦਬਾਇਆ ਜਾਣ ਲੱਗ ਪਿਆ ਹੈਗਾ ਸੀ ਉਹਨਾਂ ਕੋ ਕੰਮ ਜ਼ਿਆਦਾ ਕਰਵਾਇਆ ਜਾਂਦੇ ਸੀ ਉਹਨਾਂ ਨੂੰ ਉਹਨਾਂ ਦੇ ਆਧਾਰ ਤੇ ਪੈਸੇ ਨਹੀਂ ਮਿਲਦੇ ਸਨ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਲੋਕੀ ਹੈਗੇ ਸੀ ਅਮੀਰ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੈਗੀ ਸੀ ਉਹ ਇਸ ਚੀਜ਼ ਦਾ ਫਾਇਦਾ ਉਠਾ ਰਹੇ ਹੈਗੇ ਸੀ ਇਸ ਕਾ ਕੀ ਹੋਇਆ ਸੀ ਮਾਰਕਸਵਾਦ ਆਇਆ ਤੇ ਮਾਰਕਸਵਾਦ ਨੇ ਲੋਕਾਂ ਨੂੰ ਉਹਨਾਂ ਦੇ ਹੱਕਾ ਪ੍ਰਤੀ ਜਾਗਣ ਨੂੰ ਕਰਵਾਇਆ ਜਿਸ ਦੇ ਕਾਰਨ ਕੀ ਹੈਗਾ ਸੀ ਉਹਨਾਂ ਨੇ ਇਸ ਦੇ ਖਿਲਾ ਸੰਘਰਸ਼ ਕੀਤਾ ਸੀ ਸੋ ਦੰਦ ਆਤਮਕ ਭੌਤਿਕ ਮਾਰਕਸਵਾਦੀ ਦਰਸ਼ਨ ਤੇ ਸਾਇਸਿਧੰਤ ਦਾ ਜਿਹੜਾ ਮੂਲ ਆਧਾਰ ਸੀ ਮਾਰਕਸਵਾਦੀ ਵਿਚਾਰਤਾ 18ਵੀਂ ਸਦੀ ਦੇ ਜਰਮਨ ਦਾਰਸ਼ਨਿਕ ਹੀਗਲ ਦਾ کافی ਪ੍ਰਭਾਵ ਹੈ ਕਸੀ ਡਾਇਲੈਕਸ ਜਿਹੜਾ ਸੰਕਲਪੀ ਵੀ ਹੈਗਾ ਸੀ ਉਹਨਾਂ ਦੁਆਰਾ ਦਿੱਤਾ ਹੈਗਾ ਸੀ ਤੇ ਇਸ ਸੰਕਲਪ ਦੇ ਅਨੁਸਾਰ ਕੀ ਹੈਗਾ ਸੀ ਕਿ ਵਿਰੋਧੀ ਸ਼ਕਤੀਆਂ ਜਾਂ ਵਿਚਾਰ ਕਿਸੇ ਸਥਿਤੀ ਨੂੰ ਜਾਂ ਕਵੀ ਨੂੰ ਜਨਮ ਦਿੰਦੇ ਹੈਗੇ ਮਤਲਬ ਕਿ ਜਦੋਂ ਕੋਈ ਇਸ ਤਰ੍ਹਾਂ ਦੇ ਸ਼ਕਤੀਆਂ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੇ ਵਿਚਾਰ ਜਦੋਂ ਆਉਂਦੇ ਹੈਗੇ ਨਾ ਤੇ ਇਹੋ ਜਿਹੇ ਵਿਚਾਰ ਕਈਆਂ ਵਿਚਾਰਧਾਰਾਵਾਂ ਨੂੰ ਜਨਮ ਦਿੰਦੇ ਨੇ ਜਾਂ ਫਿਰ ਇੱਕ ਕਵੀ ਨੂੰ ਜਨਮ ਦਿੰਦੇ ਨੇ ਜਿਸ ਦੇ ਮੁਤਾਬਕ ਇਹ ਹੈਗਾ ਉਹ ਉਸ ਜਿਹੜੀ ਸਥਿਤੀ ਤੋਂ ਜਿਹੜੇ ਹੈਗੇ ਜਾਣੂ ਹੋ ਕੇ ਕੁਝ ਰਚਨਾ ਲਿਖਦਾ ਹੈ ਤੇ ਲੋਕਾਂ ਨੂੰ ਜਾਣੂ ਕਰਵਾਉਂਦਾ ਹੈਗਾ ਸੋ ਮਾਰਕਸ ਨੇ ਫਰਾਂਸੀਸੀਨ ਕਲਾਬ ਵਿੱਚ ਪੈਦਾ ਹੋਈ ਸਮਾਜਵਾਦੀ ਸੋਚ ਨੂੰ ਵੀ ਉਹਨਾਂ ਨੇ ਕੀ ਸੀ ਅਪਣਾਇ ਸੀ ਸੋ ਇਸ ਦੀ ਪਰਿਭਾਸ਼ਾ ਦਿੱਤੀ ਹੈਗੀ ਡਾਕਟਰ ਕੇਸਰ ਸਿੰਘ ਦੇ ਵਿਚਾਰ ਅਨੁਸਾਰ ਕੀ ਹੈ ਤਾਂ ਅਸੀਂ ਸੰਸਾਰ ਪ੍ਰਸਿੱਧ ਜਿਹੜੇ ਜਰਮਨ ਚਿੰਤਕ ਹੈਗੇ ਸੀ Karl Marx ਤੇ ਉਸਦੇ ਪਰਮ ਮਿੱਤਰ Friedrich ਜਿਹੜੇ ਹੈਗੇ ਸੀ Engels ਦੇ ਵਿਚਾਰਾ ਦਾ ਨਾਮ ਕੀ ਹੈਗਾ ਸੀ Marxਵਾਦ ਹੈਗਾ ਸੀ Marxਵਾਦ ਆਧਾਰ ਕੇਵਲ ਇਹ ਪ੍ਰਾਪਤ ਵਿਗਿਆਨ ਫਿਲਾਸਫੀ ਨਹੀਂ ਹੈਗੀ ਸੀ ਇਸ ਦਾ ਬੇਸ ਕੀ ਹੈਗਾ ਸੀ ਮਨੁੱਖ ਜਿਹੜੇ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਦੀਆਂ ਕਠਿਨਾਈਆਂ ਉਹ ਹੰਡਾਰੇ ਹੈਗੇ ਸੀ ਜੋ ਮੁਸ਼ਕਿਲਾਂ ਹੰਡਾਰੇ ਸੀ ਉਹਨਾਂ ਨੂੰ ਉਹਨਾਂ ਨੇ ਆਪਣੇ ਜਿਹੜੇ ਵਾਦ ਦਾ ਆਧਾਰ ਬਣਾਇਆ ਹੈਗਾ ਸੀ ਕਾਰਲ ਮਾਰਕਸ ਦੇ ਆਪਣੇ ਜਿਹੜੇ ਸ਼ਬਦਾ ਦੇ ਵਿੱਚ ਕੀ ਹੈਗਾ ਮਾਰਕਸਵਾਦ ਦਾ ਮਕਸਦ ਕੀ ਹੈਗਾ ਸੀ ਮਜ਼ਦੂਰ ਜਮਾਤ ਦੀ ਜਿਹੜੀ ਮੁਕਤੀ ਹੈਗੀ ਸੀ ਇਸ ਕਾਕੇ ਮਾਰਕਸਵਾਦ ਦਾ ਜਨਮ ਹੈ ਮਾਰਕਸਵਾਦ ਨੇ 19ਵੀਂ ਸਦੀ ਦੇ ਮਾਧਿਅਮ ਤੇ ਉੱਤਰ ਅੱਧ ਦੇ ਵਿੱਚ ਕੀ ਹੈਗਾ ਸੀ ਜਨਮ ਲਿਆ ਅਤੇ ਇਸ ਦਾ ਜਿਹੜਾ ਨਾਮਕਰਨ ਵੀ ਇਸ ਦੇ ਜਿਹੜੇ ਮੋਢੀ ਹੈਗੇ ਸੀ ਕਾਲ ਮਾਰਕਸ ਉਹਨਾਂ ਦੇ ਨਾਮ ਤੇ ਹੋਇਆ ਸੀ ਮਾਰਕਸ ਜਿਹੜਾ ਪਰਮ ਮਿੱਤਰ ਹੋਰ ਹੈਗੇ ਸੀ ਜਿਵੇਂ ਫ੍ਰੈਡਰਿਕ ਐਜਲਸ ਲੈਨਿਨ ਤੇ ਜਿਸ ਦੇ ਜਿਹੜੇ ਚੀਨਿੰਗ ਕਲੱਬ ਦੇ ਜਿਹੜੇ ਆਗੂ ਹੈਗੇ ਸੀ ਮਾਓ ਉਹਨਾਂ ਨੇ ਵੀ ਸਮਾਰਗਸਵਾਦ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਕੀਤਾ ਸੀ ਬਟ ਕੀ ਇੱਥੇ ਆਇੰਦਾ ਹੈਗਾ ਕਿ ਵਲਾਦੀਮੀ ਵਲਾਟਿਮੀਰ ਜਿਹੜੇ ਹੈਗੇ ਸੀ ਸੌਰੀ ਇਲੀਚ ਲੈਨਿਨ ਉਹਨਾਂ ਨੇ ਕਿਸੇ 1870 ਤੇ 24 ਦੇ ਵਿੱਚ ਰੂਸ ਦੇ ਵਿੱਚ ਉਹਨਾਂ ਨੇ 1917 ਦੇ ਵਿੱਚ ਇਨਕਲਾਬ ਲਿਆਂਦਾ ਸੀ ਤੇ ਸਮਾਜਵਾਦੀ ਤੇ ਪੂੰਜੀਵਾਦ ਨੂੰ ਹਰਾ ਕੇ ਉਹਨਾਂ ਨੇ ਸਮਾਜਵਾਦ ਦੀ ਸਥਾਪਨਾ ਕੀਤੀ ਸੀ ਨਾ ਕਿ ਉਹਨਾਂ ਨੇ ਇਹ ਜਾਨੀ ਕਿ ਮਾਰਕਸਵਾਦ ਨੂੰ ਆਪਣਾ ਐਸੀ ਸੋ ਮਾਰਕਸਵਾਦ ਨੇ ਬਾਅਦ ਦੇ ਵਿੱਚ ਕੀ ਹੈਗਾ ਸੀ ਇਸ ਦੇ ਵਿੱਚ ਥੋੜਾ ਜਿਹਾ ਉਹਨਾਂ ਨੇ ਇਤਿਹਾਸਿਕ ਵਿਕਾਸ ਕੀਤਾ ਤੇ ਮਾਰਕਸਵਾਦ ਨੂੰ ਉਹਨਾਂ ਨੇ ਅਗਲੇ ਲੈਵਲ ਤੇ ਲੈ ਕੇ ਗਏ ਤੇ ਜਿਸ ਕਾਰਕਿ ਇਸ ਨੂੰ ਹੁਣ ਮਾਰਕਸਵਾਦ ਲੈਨਿਨਵਾਦ ਕਿਹਾ ਜਾਂਦਾ ਹੈ ਦਵਾ ਸਟਾਲਿਨ ਅਨੁਸਾਰ ਲੈਨਿਨਵਾਦ ਪੂੰਜੀਵਾਦੀ ਯੁੱਗ ਵਿੱਚ ਮਾਰਕਸਵਾਦ ਹੈ ਉਸ ਤੋਂ ਬਾਅਦ ਇਸ ਨੈਕਸਟ ਪੜਦੇ ਆ ਮਾਰਕਸਵਾਦੀ ਪਦਾਰਥਵਾਦ ਕੀ ਹੁੰਦਾ ਹੈ ਮਾਰਕਸਵਾਦ ਦੇ ਚਿੰਤਨ ਅਨੁਸਾਰ ਧਨ ਤੌਰ ਧਨਪ ਪਦਾਰਥ ਤੇ ਦੌਲਤ ਦੇ ਭੰਡਾਰੇ ਨੂੰ ਉਹਨਾਂ ਦੀ ਜਾਨਕੀ ਹਰ ਇੱਕ ਦੇ ਯੋਗਦਾਨ ਅਨੁਸਾਰ ਕੀ ਹੈਗਾ ਵਾ ਹਰ ਇੱਕ ਨੂੰ ਉਸ ਦੇ ਕੰਮ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈਗਾ ਵਾ ਇਹ ਨਿਯਮਕ ਕਿਰਤ ਦੀ ਮੁਕਤੀ ਤੇ ਫਾਇਦਾ ਪ੍ਰਤੀਖਿਆ ਤੇ ਇਹ ਨਿਯਮ ਸਮਾਜ ਦੀਆਂ ਉਪਾਦਕ ਸ਼ਕਤੀਆਂ ਵਿੱਚ ਉਨਤੀ ਤੇ ਵਿਕਾਸ ਲਈ ਸਾਧਨ ਬੰਦਾ ਹੈ ਮਾਰਕਸਵਾਦ ਤੁਰਾ ਕੀ ਹੈ ਗਵਾ ਪਦਾਰਥ ਇਸ ਵਿਚਾਰਧਾਰਾ ਦੇ ਆਧਾਰ ਤੇ ਵਰਗਹੀਨ ਸਮਾਜ ਦੀ ਸਥਾਪਨਾ ਲਈ ਸਾਹਿਤ ਨੂੰ ਇੱਕ ਸਾਧਨ ਮੰਨ ਕੇ ਪ੍ਰਤੀਵਾਦੀ ਵਿਆਲੋਚਨਾ ਪ੍ਰਣਾਲੀ ਦਾ ਜਨਮ ਹੋਇਆ ਤੇ ਇਸ ਵਿੱਚ ਸਾਹਿਤ ਨੂੰ ਸਮੂਹਿਕ ਕਰਮ ਮੰਨਿਆ ਜਾਂਦਾ ਹੈ ਤੇ ਉਸ ਦਾ ਉਦੇਸ਼ ਸਮਾਜ ਦਾ ਭੌਤਿਕ ਕਲਿਆਣ ਮੰਨਿਆ ਜਾਂਦਾ ਹੈ ਹੁਣ ਉਹਨਾਂ ਨੇ ਕਿਹਾ ਵਾ ਕਿ ਪਦਾਰਥ ਕੀ ਹੈ ਗਵਾ ਮਾਰਕਸਵਾਦ ਦਾ ਮੇਨ ਤੁਰਾ ਹੈ ਗਵਾ ਪੈਸਾ ਸੁਖ ਸੁਹੂਲਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਤਾਂ ਅੰਦੋਲਨ ਦੁਆਰਾ ਪ੍ਰਾਪਤ ਕਰਦੇ ਹੈਗੀਆਂ ਜੇਕਰ ਇਸ ਨੂੰ ਹਰ ਇੱਕ ਦੇ ਕੰਮ ਮੁਤਾਬਕ ਵੰਡਿਆ ਜਾਏ ਕਿ ਜਿਸ ਨੇ ਜਿੰਨਾ ਕੰਮ ਕੀਤਾ ਉਸ ਅਧਾਰ ਤੇ ਉਸ ਨੂੰ ਉਸਨਾ ਹੀ ਉਦੋਂ ਪੈਸਾ ਦਿੱਤਾ ਜਾਵੇ ਤਾਂ ਇਹ ਕੀ ਹੈਗਾ ਵਾ ਠੀਕ ਹੈ ਇਹ ਨਹੀਂ ਕਿ ਇੱਕ ਨੂੰ ਜ਼ਿਆਦਾ ਦੇ ਦਿੱਤਾ ਬਾਕੀ ਨੂੰ ਘੱਟ ਦੇ ਦਿੱਤਾ ਇਹ ਗਲਤ ਹੈ ਸੋ ਉਹਨਾਂ ਨੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਇਸ ਵਿਚਾਰਧਾਰਾ ਦੇ ਆਧਾਰ ਤੇ ਵਰਗਹੀਣ ਸਮਾਜ ਦੀ ਸਥਾਪਨਾ ਲਈ ਸਾਹਿਤ ਨੂੰ ਇਹਨਾਂ ਨੇ ਇੱਕ ਅਧਾਰ ਮੰਨਿਆ ਸਾਹਿਦ ਅਧਾਤ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾਏ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਜਾਏ ਤੇ ਇਸ ਨੂੰ ਸਮੂਹੀ ਕਰਮ ਕਰਕੇ ਉਹਨਾਂ ਨੇ ਕੀ ਸੰਸਾਰ ਦਾ ਜਿਹੜੇ ਸਮਾਜ ਸੀ ਉਸ ਦਾ ਇਹਨਾਂ ਨੇ ਕਲਿਆਣ ਕਰਨਾ ਸੀ ਉਸ ਤੋਂ ਬਾਅਦ ਇਹਨਾਂ ਦਾ ਦਵੰਧਾਤਮਕ ਭੌਤਿਕਵਾਦ ਮਾਰਕਸਵਾਦੀ ਵਿਚਾਰਧਾਰਾ ਦਾ ਇੱਕ ਹੋਰ ਸਿਧਾਂਤ ਕੀ ਹੈ ਗਵਾ ਦੰਧਾਤਮਕ ਭੌਤਿਕਵਾਦ ਹੈ ਸਾਹਿਤ ਕੋਰਪਸ ਪਰ ਬਾਸ਼ਿਕ ਚਬਦਾਵਲੀ ਅਨੁਸਾਰ ਹੀਗਲ ਦੇ ਦੰਦ ਆਤਮਕ ਪਰਯੋਜਨ ਤੇ ਕਾਰਲ ਮਾਰਕਸ ਦੇ ਪਦਾਰਥਵਾਦੀ ਦਰਸ਼ਨ ਮੈਨੂੰ ਅਸੀਂ ਕੀ ਕਹਿੰਦੇ ਹੈਗੇ ਦੰਦ ਆਤਮਕ ਪੌਦਿਕਤਾਵਾਦ ਆਹ ਤੇ ਹਨ ਜਨਨ ਕੀ ਹੀਗਲ ਦੇ ਦੰਦ ਆਤਮਕ ਪਰਯੋਜਨ ਤੇ ਕਾਰਲ ਮਾਰਕਸ ਦੇ ਪਦਾਰਥਵਾਦੀ ਦਰਸ਼ਨ ਨੂੰ ਮਿਲਾ ਕੇ ਅਸੀਂ ਇਸ ਨੂੰ ਕੀ ਕਹਿੰਦੇ ਨੇ ਦੰਦ ਆਤਮਕ ਪੌਦਿਕਵਾਦ ਕਹਿੰਦੇ ਨੇ ਮਾਰਕਸਵਾਦ ਅਤੇ ਸਾਮਵਾਦ ਦਾ ਇਹ ਦਾਰਸ਼ਨਿਕ ਆਧਾਰ ਹੈ ਪ੍ਰਾਤਨ ਯੂਨਾਨੀ ਦਾਰਸ਼ਨਿਕਾਂ ਲਈ ਦੰਦ ਇੱਕ ਪ੍ਰਕਾਰ ਦੀ ਬਹਿਸ ਦਾ ਢਾਂਗ ਸੀ ਜਿਹੜੇ ਕਿ ਵਿਸ਼ੇਸ਼ਕ ਸੁਕਰਾਟ ਨੇ ਵਰਤਿਆ ਸੀ ਜਾਨਕੀ ਇੱਥੇ ਦੰਦ ਦਾ ਕੀ ਮਤਲਬ ਹੈਗਾ ਵਾ ਕਿ ਇੱਕ ਤਰ੍ਹਾਂ ਦੀ ਬਹਿਸ ਇਸ ਵਿੱਚ ਬਹਿਸ ਤੇ ਖੰਡਨ ਮੰਡਨ ਦੁਆਰਾ ਦਾਰਸ਼ਨਿਕ ਮਸਲਿਆਂ ਨੂੰ ਸੁਲਝਾਇਆ ਜਾਂਦਾ ਸੀ ਪੰਜਾਬੀ ਸਾਇਦ ਕੋਚ ਦੇ ਅਨੁਸਾਰ ਦੰਦ ਆਤਮਕ ਭੌਤਿਕ ਵਾਦ ਉਹ ਸਿਧਾਂਤ ਹੈ ਜਿਸ ਅਨੁਸਾਰ ਸ੍ਰਿਸ਼ਟੀ ਦਾ ਮੂਲ ਕੀ ਹੈਗਾ ਪਦਾਰਥ ਹੈ ਤੇ ਇਹ ਪਦਾਰਥ ਨਿਰੰਤਰ ਪਰਿਤੀਸ਼ੀਲ ਹੈ ਮਨਨ ਜਾਂ ਚੇਤਨ 46ਵਾਂ ਦੇਰੇ ਪ੍ਰਮੁੱਖ ਤੇ ਪਹਿਲੇ ਨੰਬਰ ਤੇ ਆਉਂਦਾ ਹੈ ਕਿ ਜ਼ਿਆਦਾਤਰ ਅਸੀਂ ਕਿਸ ਚੀਜ਼ ਨੂੰ ਪ੍ਰੇਫਰ ਕਰਦੇ ਹਾਂ ਪੈਸੇ ਨੂੰ ਜੇਕਰ ਸਾਡੇ ਕੋਲ ਪੈਸਾ ਨਹੀਂ ਹੋਗਾ ਅਸੀਂ ਸੁਖ ਸੁਹੂ ਲਦੀਆਂ ਚੀਜ਼ਾਂ ਨਹੀਂ ਲੈ ਸਕਦੇ ਹੈਗੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਨੂੰ ਰੱਖਦੇ ਹੈਗੇ ਆ ਇਹ ਪੈਸਾ ਯਾਨੀ ਕਿ ਪਦਾਰਥ ਜਿਸ ਤੋਂ ਸਾਨੂੰ ਸੁੱਖ ਲੈਣਾ ਹੈਗਾ ਵਾ ਠੀਕ ਹੈ ਸੋ ਇਸ ਪਦਾਰਥ ਦਵੰਦ ਆਤਮਿਕ ਭੌਤਿਕਤਾਵਾਦ ਉਹ ਸਿਧਾਂਤ ਕਹਿੰਦਾ ਹੈਗਾ ਵਾ ਕਿ ਸ੍ਰਿਸ਼ਟੀ ਦਾ ਜਿਹੜਾ ਸਭ ਕੁਝ ਜੋ ਹੈਗੀ ਸਾਡੀ ਸ੍ਰਿਸ਼ਟੀ ਉਹ ਕਿਸ ਦੇ ਹਾਲਤ ਵਾਲੇ ਕਰਮ ਦੀ ਹੈਗੀ ਆ ਪੈਸੇ ਦੇ ਹਾਲਤ ਵਾਲੇ ਕਰਮ ਦੀ ਹੈ ਲੋਕਾਂ ਨੂੰ ਪੈਸੇ ਤੋਂ ਬਿਨਾ ਹੋਰ ਕੁਝ ਨਹੀਂ ਮਿਲਦਾ ਹੈਗਾ ਉਸ ਤੋਂ ਬਾਅਦ ਹਨ ਨਵੇਂ ਇਸ ਤੋਂ ਇਲਾਵਾ ਇਸ ਸ਼੍ਰੇਣੀ ਦੇ ਵਿੱਚ ਕੀ ਹੈ ਗਵਾ ਸੰਘਰਸ਼ ਮਦਵਰਗ ਬੁੱਧੀਜੀਵੀ ਵਰਗ ਵਾਧੂ ਮੂਲ ਦਾ ਸਿਧਾਂਤ ਵੀ ਆ ਜਾਂਦਾ ਹੈ ਜਾਨਕੀ ਦਰਨਾਤਮਕ ਪੌਤਕਵਾਦ ਵਿੱਚ ਵੀ ਅਸੀਂ ਸ਼੍ਰੇਣੀ ਸੰਘਰਸ਼ ਮੱਦਵਰਗ ਬੁੱਧੀਜੀਵੀ ਵਰਗ ਤੇ ਵਾਧੂ ਮੂਲ ਦਾ ਸਿਧਾਂਤ ਜਿਹੜਾ ਇਤਨੂੰ ਵੀ ਗਿੰਦੇ ਹਾਂ ਉਕਤ ਅਨਗੋਲੇ ਇਤਿਹਾਜ਼ੀਆ ਘਟਨਾਵਾਂ ਦਾ ਜ਼ਿਕਰ ਕਰਦਾ ਹੈ ਮਾਰਕਸ ਇਹ ਦੱਸਦਾ ਹੈ ਕਿ ਸਮਾਜ ਕੈਪੀਟਲ ਤੇ ਕਾਮੇ ਯਾਨਕੀ ਮਾਲਿਕ ਤੇ ਮਜ਼ਦੂਰ ਦੇ ਵਿੱਚ ਮੰਡਿਆ ਹੋਇਆ ਹੈ ਜਿਸ ਨੂੰ ਅਸੀਂ ਪੂੰਜੀਵਾਦ ਕਹਿੰਦੇ ਹਾਂ ਦੋਹਾਂ ਦੇ ਹਿੱਤਾਂ ਦੀ ਵਿਰੋਧਤਾ ਤੋਂ ਸੰਘਰਸ਼ ਉਪਦਾ ਹੈ ਮਾਰਕਸ ਨੇ ਇਹ ਦੱਸਿਆ ਹੈ ਕਿ ਸਮੁੱਚੇ ਸੰਸਾਰ ਦੇ ਇਤਿਹਾਸ ਉੱਪਰ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਸ਼੍ਰੇਣੀ ਸੰਘਰਸ਼ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ਅੰਦਰ ਮੌਜੂਦ ਰਹਿੰਦਾ ਹੈ ਕਿ ਸੰਘਰਸ਼ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਉਹਨਾਂ ਨੇ ਇੱਕ ਤਾਂ ਸਾਨੂੰ ਦੇਦਾ ਇੱਕ ਅਸੀਮ ਮਾਲਕ ਤੇ ਮਜ਼ਦੂਰ ਜਿਹੜਾ ਹੈਗਾ ਉਹ ਉਸ ਦੇ ਵਿੱਚ ਚੱਲਦਾ ਹੈ ਹੋਰ ਵੀ ਬਹੁਤ ਸਾਰੇ ਸ਼੍ਰੇਣੀਆਂ ਹੁੰਦੀਆਂ ਜਿਸ ਦੇ ਵਿੱਚ ਕੰਟੀਨਿਊਸ ਜਿਹੜਾ ਹੈਗਾ ਉਹ ਸੰਘਰਸ਼ ਚੱਲਦਾ ਰਹਿੰਦਾ ਹੈਗਾ ਨਾ ਕਿਤੇ ਨਾ ਕਿਤੇ ਨੈਕਸਟ ਹੈਗਾ ਵਾ ਮਾਰਕਸਵਾਦੀ ਪ੍ਰਭਾਵ ਕੀ ਹੈਗਾ ਵਾ ਡਾਕਟਰ ਕੇਸਰ ਸਿੰਘ ਕੇਸਨ ਅਨੁਸਾਰ ਭਾਰਤ ਵਿੱਚ ਇਸ ਦਾ ਪ੍ਰਵੇਸ਼ ਤੇ ਪ੍ਰਸਾਰ ਕੀ ਹੈਗਾ ਸੀ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਹੋਇਆ ਸੀ ਬ੍ਰਿਟਾਨਵੀ ਸਾਮਰਾਜ ਦੇ ਵਿਰੁੱਧ ਦੇਸ਼ ਦੇ ਦੇਸ਼ ਹੈਗਾ ਵਾ ਦੇਸ਼ ਦੇ ਅੰਦਰ ਚੱਲ ਰਹੇ ਘੋਲ ਦੇ ਫਲਸਰੂਪ 1947 ਤੋਂ ਪਹਿਲਾਂ ਹੀ ਇਹਨਾਂ ਵਿਚਾਰਤਾਂ ਦਾ ਜਿਹੜਾ ਕੀ ਕਾਫੀ ਪ੍ਰਚਾਰ ਹੋਇਆ ਤੇ ਆਜ਼ਾਦੀ ਤੋਂ ਪਿੱਛੇ ਇਹ ਪ੍ਰਭਾਵ ਵੱਧ ਗਿਆ ਯਾਨੀ ਕਿ ਲੋਕਾਂ ਨੂੰ ਪਹਿਲੋ ਸਮਝ ਆ ਚੁੱਕੀ ਸੀ ਜਦੋਂ ਸੰਘਰਸ਼ ਚੱਲਨੇ ਸ਼ੁਰੂ ਹੋਏ ਉਹਨਾਂ ਨੇ ਕੀ ਹੈਗਾ ਸੀ ਇਸ ਨੂੰ ਵੀ ਹੋਰ ਤੇਜ਼ ਕੀਤਾ ਸੀ ਪੰਜਾਬੀ ਸਾਹਿਤ 'ਤੇ ਇਸ ਦਾ ਪ੍ਰਭਾਵ ਕੀ ਹੈਗਾ ਸੀ ਪੰਜਾਬੀ ਸਾਹਿਤ ਉੱਤੇ ਮਾਰਕਸਵਾਦ ਦਾ ਗੂੜਾ ਪ੍ਰਭਾਵ ਪਿਆ ਸੀ ਜਨਾਦਮ ਸਾਹਿਤਕਾਰਾਂ ਨੇ 20ਵੀਂ ਸਦੀ ਦੀ ਪਹਿਲੀ ਚੌਥਾਈ ਤੋਂ ਪਿੱਛੋਂ ਲਗਭਗ ਸਾਹਿਤ ਦੇ ਹਰ ਰੂਪ ਵਿੱਚ ਇਸ ਸਿਧਾਂਤ ਦਾ ਪ੍ਰਟਾਵਾ ਕੀਤਾ ਹੈ ਯਾਨੀ ਕਿ ਹਰ ਰੂਪ ਜਾਨੀ ਕਿ ਨਾਵਲ ਨਾਟਕ ਕਹਾਣੀ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਕਿ ਮਾਰਕਸਵਾਦ ਸਾਹਿਤ ਦਿਖ ਜਾਂਦਾ ਹੈ ਕਵਾ ਬਾਬਾ ਬਲਵੰਤ ਪਿਆਰਾ ਸਿੰਘ ਸਹਿਰਾਈ ਹੀਰਾ ਸਿੰਘ ਦਰਦ ਸੰਤੋਖ ਸਿੰਘ ਤੇ ਸੁਜਾਨ ਸਿੰਘ ਸੋਹਣ ਸਿੰਘ ਜੋਛ ਪ੍ਰੋਫੈਸਰ ਮੋਹਨ ਸਿੰਘ ਆਦਿ ਇਹਨੇ ਕਾ ਦੀਆਂ ਰਚਨਾਵਾਂ ਵਿੱਚ ਇਸ ਸਿਧਾਂਤ ਦਾ ਜਾਨੂੰ ਕੀ ਸੀ ਪ੍ਰਭਾਵ ਦਿਖਾਈ ਦਿੱੰਦਾ ਹੈ ਸੋ ਐਸੀ ਟੌਪਿਕ ਹੈ ਮਾਰਕਸਵਾ बाकी ਜਿਹੜੇ ਹੋਣਗੇ ਨੈਕਸਟ ਦੇ ਵਿੱਚ ਵੀਡੀਓ ਜ਼ਰੂਰ ਦੇਖੋ ਥੈਂਕ ਯੂ